ਲੈ ਵੀ ਮਹਾਰਾਜ ਨੇ ਸੁਣ ਲਈ ਤੁਰਪੀ ਹਵਾ ਥੋੜੀ ਜਿਹੀ। ਕਿਰਨ ਦੀਦੀ ਹੋਣੀ ਥੱਲੇ ਬਣਾਉਣ ਲੱਗੇ ਨੇ, ਪਨੀ ਪਕੌੜੇ ਲੱਗੇ, ਕੱਢਣ ਸੁੱਕੇ ਸਬਜ਼ੀ ਲੱਗੇ, ਮੰਮੀ ਨੂੰ ਬਣਾਉਣਾ, ਮੰਮੀ ਨੇ ਖੀਰ ਧਰੀ ਹੈ ਸਾਹਮਣੇ। ਲੋਹੜੀ ਵਾਲੇ ਦਿਨ ਨਗਨ ਡੇ ਨੇ ਬ੍ਰੈਡ ਪਕੌੜੇ, ਬ੍ਰੈਡ ਵੀ ਅਤੇ ਨਾਲ ਪਕੌੜੇ ਵੀ। ਵੇਖੋ ਸਹੀ ਭਰਿਆ ਆਸਮਾਨ, ਚਾਰੇ ਬੰਨੇ ਦੇਖੋ ਭਰਿਆ ਆਸਮਾਨ ਗੁੱਡੀਆਂ ਨਾਲ। ਮੈਂ ਹਾਂ 12 ਵੱਜ ਗਏ ਆ ਅਤੇ ਅਜੇ ਰੈਡੀ ਸ਼ੈਡੀ ਨਹੀਂ ਹੋਏ, ਦੇਖਦੇ ਹਾਂ ਕੋਠੇ 'ਤੇ ਵੈਦਰ ਕਿੱਦਾਂ ਦਾ ਆ, ਧੁੱਪ ਲੱਗੀ ਆ ਜਾਂ ਨਹੀਂ ਲੱਗੀ, ਧੁੰਦ ਤਾਂ ਨਹੀਂ ਵੈਸੇ ਪਈ ਵੀ, ਵੇਖਦੇ ਧੁੱਪ ਲੱਗੀ ਜਾਂ ਨਹੀਂ। ਟਾਈਮ 'ਤੇ 12 ਵੱਜ ਗਏ ਆ ਪੂਰੇ। ਉਹ ਹਰਗੁਣ ਦਾ ਸਾਈਕਲ ਜਿਹਾ ਕੱਢਿਆ ਨਹੀਂ ਬਾਹਰ, ਉਦੋਂ ਦਸੇ ਵਿੱਚ ਹੀ ਪਿਆ ਆ, ਇਹਨੂੰ ਕੱਢ ਪਾ ਰਹੀ ਯਾਰ ਪਹਿਲਾਂ। ਹਾਂ ਮੈਂ ਕੱਪੜਾ ਜਿਹਾ ਰੱਖਿਆ ਮਾੜਾ ਜਿਹਾ ਪਹਿਲਾਂ ਜਿਹੜੇ ਸੀਟਾਂ ਨਾਲ ਲੱਗਦਾ, ਮੈਂ ਮੈਂ ਗੱਡੀ ਨਾਲ ਲਿਬੜੇ। ਮੈਂ ਇਹਨੂੰ ਤਾਂ ਆਹ ਕੰਮ ਹੀ ਬਸ, ਮੈਨੂੰ ਝੂਟੇ ਦੇਈ ਜਾਓ ਬਸ। ਕਿੱਥੇ ਚੱਲੇ? ਬ੍ਰਮ 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 ਬ੍ਰਮ। ਆਹ ਟੋਪੀ ਨਵੀਂ ਆਂਟੀ ਹੋਣਾ ਉਣ ਕੇ ਦਿੱਤੀ ਉੱਧਰ ਪਲਾਟ ਵੱਲ ਸਾਡੇ। ਦੀਦੀ ਜੀ ਹੁਣੀ ਵੀ ਆ ਗਏ ਨੇ, ਭਾਜੀ ਹੁਣੀ ਅਤੇ ਪਿੰਨਾ ਵੀ ਆ ਗਿਆ ਨਾਲ ਮੇਰੇ ਵੀਰਿਓ। ਪਿੰਨਾ ਇਹ ਨਹੀਂ ਹਿਲਾਇਆ ਇਹਨਾਂ ਨੇ, ਪਿੰਨਾ ਵੇਖ ਲਓ ਨਾਲ ਤਿੰਨ ਚਾਰ ਗੁੱਡੀਆਂ ਲੈ ਆਏ ਆ। ਮੈਂ ਵੀ ਰੈਡੀ ਹੋ ਗਏ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਨਵੇਂ ਵਲੌਗ ਦੇ ਵਿੱਚ, ਅਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਸਾਰੇ ਪਰਿਵਾਰ ਵੱਲੋਂ, ਤੁਹਾਨੂੰ ਸਾਰੇ ਜਾਣਿਆਂ ਨੂੰ, ਜਿੰਨੇ ਵੀ ਮੇਰੇ ਸਬਸਕ੍ਰਾਈਬਰ ਵਿਊਵਰ ਵੀਡੀਓ ਦੇਖ ਰਹੇ ਨੇ। ਅਤੇ ਕਿੱਦਾਂ ਲੋਹੜੀ ਕਿੱਦਾਂ ਲੰਘ ਰਹੀ? ਵਧੀਆ ਲੰਘ ਰਹੀ, ਆਪਣੀ ਤਾਂ ਬਹੁਤ ਵਧੀਆ ਚੜ੍ਹਦੀ ਕਲਾ, ਕਿਰਪਾ ਮਹਾਰਾਜ ਦੀ। ਪਕੌੜੇ ਕੱਢਾਂਗੇ ਬਸ, ਬਸ ਪਕੌੜੇ ਨਹੀਂ ਪਕੌੜੇ ਪਕੌੜੇ ਕੱਢਣੇ ਆ, ਅਤੇ ਨਾਲੇ ਰੋਹ ਲਿਆਂਦੀ ਡੈਡੀ ਹੋਣਾ ਨੇ, ਅਤੇ ਖੀਰ ਬਣੇਗੀ, ਅਤੇ ਹੋਰ ਪੰਨੀ ਕਿਹੜੀ ਵੀ ਰਹਿ। ਭਾਅ ਜੀ ਪਾਉਣ ਡੇ ਨੇ ਤਲਾਵਾਂ, ਸਿੰਗਲ ਸਿੰਗਲ ਪਾਉਣ ਡੇ, ਵੱਡੀਆਂ ਜਾਣੀਆਂ ਵੀਰ ਕਹੋ, ਅਸੀਂ ਵਢਾਉਣੀਆਂ ਹੀ ਆ, ਹੈਂ ਹਾਂ ਸੱਚ, ਇੱਕ ਪਿੰਨਾ ਮੇਥੋਂ ਵੀ ਹੈਗਾ ਆ। ਜਿੱਦਾਂ ਵੱਜ ਰਹੀ ਦਸਤਾਰ, ਕਈ ਉਹ ਕਿਸੇ ਦੇ ਨੀ ਬਾਈ ਦੀ ਹੈ ਨਾ, ਬੰਨਿਆ ਕਰ ਪੱਗ, ਮੈਂ ਨਾ ਮਨ ਕਹਿਣਾ ਪਰਨਾ ਪਰਨਾ ਬੰਨਿਆ ਕਰ, ਪਰਨਾ ਬੰਨਦਾ ਬੰਦਾ ਹੌਲੀ ਹੌਲੀ ਆਦਤ ਪਾਇਆ ਨੀ ਤੈਨੂੰ ਆਪੇ ਪੱਗ ਬੰਨਣ ਦੀ। ਬਸ ਬਾਜੀ ਕੀ ਗਏ, ਬਹੁਤ ਸੋਹਣੀ ਗੁੱਡੀਆਂ ਡਾਲੀਆਂ ਸੀ, ਫਿਰ ਮੈਂ ਨਾ ਦਸਤਾਰ ਵਾਲਾ ਕੰਮ ਹੀ ਤੂੰ ਖੋਲ ਲੈਂਦੇ ਛੋਟਾ ਜਿਹਾ, ਉਹ ਵੀ ਨਹੀਂ ਦੁਕਾਨ ਰੱਖ ਛੱਡ, ਦਸਤਾਰਾਂ ਬੰਨੀਆਂ ਅਤੇ ਨਾਲੇ ਸਿਖਾਈਆਂ।
ਚੇਤਾ ਰੱਖਣਾ ਜਿੰਨਾ ਲੜ ਲਮਕਾਇਆ ਨਾ, ਥੋੜਾ ਜਿਹਾ ਹੋਰ ਲਮਕਾਇਆ ਕਰਨਾ, ਫਿਰ ਹੋਰ ਸੋਹਣੀ ਵੱਜਿਆ ਕਰੂ। ਨਹੀਂ ਨਹੀਂ ਸੋਹਣੀ ਓਦਾਂ ਵੀ ਹੁਣ ਬਣੀ ਗੱਲਬਾਤ ਪੂਰੀ, 50 ਤੋਂ ਬਗੈਰ ਹੀ ਬਣ ਗਈ। ਵਧੀਆ ਗਿਆ ਕੰਮ, ਓਕੇ ਬਹੁਤ ਘੈਂਟ ਸੋਹਣੀ ਬਣ ਲਈਏ ਅਤੇ ਗੱਡੀਆਂ ਡਾਲੀਏ ਫਿਰ ਅਸੀਂ। ਚਲੋ ਲੈ ਵੀ ਰਾਜੂ ਜਸ਼ਨ ਡਿਆ ਕਹਿੰਦੇ ਪੂਰਾ ਬੰਦੀ ਪੱਗ, ਆਹੋ ਰਾਜੂ ਸ਼ੀਸ਼ਾ ਲਗਾਓ ਪਰਲੀ ਸਾਈਡ ਆਹੋ। ਗੁੱਡੇ ਲੈਣ ਦੇ ਪਿੰਨਾ ਆ ਗਿਆ, ਪਿੰਨਾ ਕਹਿਣ ਡਿਆ ਵੀ ਮੈਨੂੰ ਡਾਓ, ਗੁੱਡੇ ਕਹਿਣ ਡੇ ਮੈਨੂੰ ਡਾਓ। ਹਵਾ ਹਵਾ ਹੈ ਨਹੀਂ, ਵੇਖੋ ਗੁੱਡਾ ਦਿਖਣ ਡਿਆ ਬਟਾਲੇ 'ਚ ਵੀ ਮੰਦਾ ਹਾਲ ਆ, ਮੰਦਾ ਹਾਲ ਵੇਖੋ। ਬਸ ਇੱਧਰ ਮੰਨਿਆ ਦੋ ਡੰਡੇ ਤਿੰਨ ਜਾਂ ਆ, ਉਹ ਪਿੱਛੇ ਆ ਗੁੱਡੇ ਥੋੜ੍ਹੇ ਬਹੁਤ, ਇੱਧਰ ਤਾਂ ਗੁੱਡਾ ਕੋਈ ਨਹੀਂ। ਉਹ ਗਾੜੀ ਹੈਗੀ ਨਾ ਉਹ ਗਾਂ, ਲੈ ਹੁਣ ਕੋਸਾ ਹੋਏ ਨੇ ਮੂਹਰੇ ਗੋਲਾ ਲੱਗੇ ਸੁੱਟਣ। ਆ ਚੜ ਗਿਆ ਗੁੱਡਾ, ਸ਼ਾਬਾਸ਼ ਸ਼ਾਬਾਸ਼, ਚਲੋ ਚਲੋ ਸ਼ਾਬਾਸ਼ ਸ਼ਾਬਾਸ਼। ਹਾਂ ਠੀਕ ਹੈ ਠੀਕ ਹੈ, ਚੜ ਗਈ। ਉਹ ਭਾਰਾ ਨਹੀਂ ਆ, ਠੀਕ ਆ ਵੀ ਭਾਰਾ ਨਹੀਂ ਕੋਈ ਵੀ ਹੈਗਾ, ਤਾਂ ਹੀ ਖਿੱਚ ਮਾਰੋਗੇ। ਲੈ ਉਹ ਨਹੀਂ 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 ਗੁੱਡੀ ਠੀਕ ਆ ਵੀ, ਹਵਾ ਦਾ ਵਾਕਿਆ ਕੋਈ ਪਤਾ ਨਹੀਂ ਲੱਗਣ ਡਿਆ। ਲੈ ਲੈ ਗੁੱਡਾ ਨਹੀਂ ਸਹੀ ਹੈਗਾ ਜੀ, ਚਲੋ ਦੂਜਾ ਡਾਓ। ਹੈਂ ਕਿਰਨ ਦੀਦੀ ਹੋਣੀ ਥੱਲੇ ਬਣਾਉਣ ਲੱਗੇ ਨੇ, ਆਪਣੇ ਪਕੌੜੇ ਲੱਗੇ ਕਰਨ, ਸੁੱਕੇ ਸਬਜ਼ੀ ਲੱਗੇ ਮੰਮੀ ਨੂੰ ਬਣਾਉਣਾ, ਮੰਮੀ ਨੇ ਖੀਰ ਧਰੀ ਹੈ ਸਾਹਮਣੇ ਰੋਹ ਵਾਲੀ, ਅਤੇ ਡੈਡੀ ਡੇ ਆਪਣੇ ਗੁੱਡੇ ਲੁੱਟਣ ਡੇ ਨੇ। ਇੱਕ ਗੁੱਡਾ ਉਹ ਟੀਨ ਵਾਲੇ ਕਮਰੇ 'ਤੇ ਹੋਰ ਪਿਆ, ਇੱਕ ਫੜਦਾ ਡੈਡੀ ਨੇ, ਉਹ ਫੜਿਆ ਹੁਣੇ ਅਜੇ, ਹਰ ਗੁਣ ਸੌਂ ਗਈ ਹੈ। ਹਾਂ ਸਹੀ ਗੱਲ, ਕੋਈ ਨਹੀਂ ਨਹੀਂ ਕੋਈ ਭਾਅ ਜੀ, ਇੱਧਰ ਉੱਡਣ ਡੇ ਇੱਧਰ ਹੁਣ, ਕਈ ਗੁੱਡੇ ਐਨ ਉੱਡਣ ਡੇ ਹੁਣ, ਉਹ ਨੀਲਾ ਗੁੱਡਾ ਜਿਹੜਾ ਨਹੀਂ ਉਹ ਐਨ ਉਡਾਉਣ ਡਿਆ ਆਇਆ ਨੂੰ ਇੱਧਰ, ਉਹ ਵੇਖ ਲਓ ਨੀਲਾ ਐਨ ਉੱਡਣ ਡਿਆ ਨਾ, ਉਹ ਪੀਲਾ ਵੇਖੋ ਉਹ ਇੱਧਰ ਨੂੰ, ਉਹ ਨੀਲਾ ਵੇਖੋ ਉਹ ਐਨ ਨੂੰ, ਮੇਰੇ ਵੱਲ ਨੂੰ। ਅਸੀਂ ਕਿੱਧਰ ਨੂੰ ਉਡਾਈਏ, ਫਰਾਟਾ ਲਾ ਲਈਏ ਨਹੀਂ ਤੇ ਨਹੀਂ ਗੱਲ ਬਣਦੀ। ਗੁੱਡਾ ਬਦਲ ਕੇ ਵੇਖ ਲਿਆ ਹੁਣ ਤੇ ਅਸੀਂ, ਗੁੱਡਾ ਬਦਲ ਲਿਆ ਤਾਂ ਵੀ ਨਹੀਂ ਗੱਲ ਬਣਦੀ ਬਈ। ਆਉਂਦਾ ਉੱਥੇ ਆਊਂਗਾ ਮੈਂ, ਆਉਣਾ 3 ਵਜੇ ਕਹਿੰਦਾ, 3:30 ਵਜੇ ਆਊਂਗਾ। ਉੱਡ ਗਿਆ ਵੀ ਉੱਡ ਗਿਆ, ਡਾ ਤਾਂ ਇੱਕ ਆਪਾਂ ਕਹਿੰਦੇ ਲਾਇਆ ਉਹਨੇ, ਲਾਇਆ ਹੋਣਾ ਕਿਸੇ ਨੇ। ਉੱਡਣ ਤੇ ਡਿਆ ਪਰ ਘੱਟ ਹੋਰ ਬਦਲੀਏ, ਇੱਕ ਗੁੱਡੀ ਹੋਰ ਬਦਲੀਏ ਕੋਈ। ਕੰਮ ਤੇਰੇ ਮੁੰਡੇ ਲੱਗੇ ਸੀ ਉੱਥੇ ਜੇ ਮਿਸਤਰੀ, ਉਹ ਕਹਿਣ ਡਿਆ ਕਹਿੰਦਾ ਹੁਣ ਮੈਂ ਕਿੱਦਾਂ ਹਵਾ ਵਗਣੀ, ਜੇ ਲੋਹੜੀ ਉਦੋਂ ਵਗਣੀ ਨਹੀਂ, ਉਹ ਗੱਲ ਹੋਣ ਡਈ, ਉਹਨੇ ਉੱਡਣਾ ਬਸ। ਲੋਕੀ ਕਹਿੰਦੇ ਆ ਵੀ ਗੱਟੂ ਬੰਦ ਹੋ ਗਏ, ਉਹ ਵੀਰ ਵੇਖੀ ਪੈਰਾਂ 'ਚ ਰੱਖ ਡਾਉਣ ਡਿਆ ਧਾਗੇ ਵਾਲਾ, ਨਹੀਂ ਗੱਟੂ ਜੇ ਵੀਰ ਆਪਣੇ ਕਹਿੰਦੇ ਪਿੰਨਾ ਵਾ, ਆਪਣਾ ਪਿੰਨਾ ਵੇਖ ਲਓ ਠੀਕ ਆ, ਆਪਣੇ ਕੋਲ ਪਿੰਨਾ ਨਹੀਂ ਰਾਜੂ, ਮੈਂ ਤਾਂ ਹੀ ਪਿੰਨਾ ਲੈਣ ਦਾ, ਮੈਂ ਆਪਣੇ ਕੋਲ ਮੈਂ ਤਾਂ ਮੈਂ ਤੁਹਾਡੇ ਸ਼ਾਇਦ ਤੇਰੇ ਕਰਮਾਂ ਨੂੰ ਉੱਡ ਜੇ
ਮਾੜਾ ਮਾੜਾ ਸ਼ਾਇਦ ਹੱਥ ਮਾਰ ਗਈ ਮੈਨੂੰ ਮੈਂ ਤੇ ਮੈਂ ਨਾ ਤਾਂ ਕਰਕੇ ਮੈਂ ਤਾਂ ਲਿਆ ਪਿੰਡਾਂ ਲੈਣ ਦਾ ਮੈਂ ਮੇਰੇ ਤੋਂ ਪਟੇ ਦੋ ਨੀ ਚੱਲੇ ਜਾਣੇ ਲੈ ਵੀ ਮਹਾਰਾਜ ਨੇ ਸੁਣ ਲਈ ਤੁਰ ਪਈ ਹਵਾ ਥੋੜੀ ਜੀ ਨੀ ਆਈ ਆਈ ਹਵਾ ਹੁਣ ਤੁਸੀਂ ਆਖੋਗੇ ਵੀ ਤੇਰੇ ਕੋਲ ਜਾਣ ਕੇ ਨੀ ਉੱਡਿਆ ਭਾਜੀ ਨੇ ਗੁੱਡਾ ਡਾਲਿਆ ਪਰ ਹਵਾ ਚੱਲੀ ਹੁਣ ਮੈਂ ਤੁਹਾਨੂੰ ਦਿਖਾਉਣਾ ਹਵਾ ਚੱਲੀ ਕਿ ਨਹੀਂ ਆਹ ਵੇਖਿਓ ਹੁਣ ਦੇਹੇ ਆ ਹਿਲਦੇ ਬੂਟੇ ਜੇ ਆਹ ਵੇਖੋ ਥੋੜੀ ਥੋੜੀ ਹਵਾ ਚੱਲੀ ਹੁਣ ਜ਼ਿਆਦਾ ਨੀ ਅੱਗੇ ਹਿੱਲਣ ਨਹੀਂ ਡੇ ਤੇ ਉਹਨੇ ਹੁਣ ਤੁਰ ਪਈ ਹਵਾ ਥੋੜੀ ਜੀ ਡਾਓ ਡਾਓ ਲੈ ਵਢਾ ਲਿਆ ਭਾਜੀ ਹੁਣਾਂ ਨੇ ਵਢਾ ਲਿਆ ਆ ਗਈ ਟੁੱਟਿਆ ਨੀ ਆ ਯਾਰ ਸਾਡੀ ਡੋਰ ਕੱਚੀ ਆ ਵੀਰ ਉਦੋਂ ਤੁਸੀਂ ਕਹਿੰਦੇ ਸੰਗਲ ਡੋਰ ਆ ਉਦੋਂ ਕਹਿੰਦੇ ਉਦੋਂ ਕਹਿੰਦੇ ਸੰਗਲ ਡੋਰ ਆ ਹੈ ਹੋਰ ਕੀ ਯਾਰ ਵੇ ਆ ਪਿੰਨਾਂ ਲਪੇਟਣ ਦੇ ਵੇ ਰਾਜੂ ਨੂੰ ਲਿਆਂਦਾ ਸਪੈਸ਼ਲ ਗੁਬਾਰੇ ਚਾੜਨ ਦੀ ਲੋੜ ਹੀ ਨੀ ਹੈ ਹੁਣ ਕਾਲਾ ਸੰਗਲ ਮੰਗਾਇਆ ਇੱਕ ਗੁੱਡਾ ਮਹਾਂ ਵੱਡਿਆ ਭਾਜੀ ਨੇ ਵਲੋਗ ਨੀ ਬਣਾਇਆ ਤੇ ਮੁੜ ਕੇ ਦੂਜੀ ਵੱਢਿਆ ਗਿਆ ਆਪਣੇ ਲੈ ਲੈ ਜੋ ਦਿਲ ਕਰਦਾ ਲੈ ਆ ਲੈ ਭਾਜੀ ਹੁਣੀ ਹੋ ਗਏ ਮੂਹਰੇ ਲੈ ਦਿਖਾਓ ਫੋਨ ਲੈ ਵੀ ਦੋ ਪਿੰਨੇ ਨਾ ਇਕੱਠੇ ਬੰਨ ਲਈਏ ਭਾਜੀ ਦੋ ਪਿੰਨੇ ਬੰਨ ਲਈਏ ਇਕੱਠੇ ਹੈ ਲੈ ਆਹ ਕਾਂਡੇ ਹੱਥਾਂ 'ਚ ਪਾ ਦਿੱਤਾ ਜੀ ਵਾਹ ਤੇ ਬੰਦਾ ਆਪਣਾ ਡਾਉਣ ਡਿਆ ਯਾਰ ਤੁਹਾਡੇ ਕੋਲ ਨਹੀਂ ਉੱਡਣੀਆਂ ਇੰਨੀਆਂ ਗੁੱਡੀਆਂ ਸ਼ਾਬਾਸ਼ ਵੈਰੀ ਗੁੱਡ ਝੱਪ ਨਿਕਲ ਲਿਆ ਹੈਂ ਪਤੰਗਾਂ ਲਿਆਂਦੀਆਂ ਉਹ ਨਹੀਂ ਪਤੰਗ ਆਹ ਦੂਜੇ ਉੱਡਣ ਡੇ ਪਤੰਗ ਉੱਡਣ ਡੇ ਦੋ ਪਿੰਨੇ ਇਕੱਠੇ ਬੰਨ ਲਈਏ ਪਿੰਨੇ ਕੜੇ ਕੜੇ ਕੀਤੇ ਚੱਲ ਕੋਈ ਗੱਲ ਨੀ ਭਾਜੀ ਪਿੰਨਾ ਜੇ ਮੁੱਕ ਜੂਗਾ ਨਾ ਤੇ ਤੂੜੀ ਸਾਂਭਲੇ ਚੁੱਲ੍ਹਾ ਚੱਲਾ ਬਣਾ ਲਾਂਗੇ ਮਿਲਾ ਕੇ ਮਿੱਟੀ ਤੂੜੀ ਵਿੱਚ ਨਿਕਲ ਜਾਣੀ ਹੈ ਨਾ ਲੋਹੜੀ ਵਾਲੇ ਦਿਨ ਨਿਕਲਣ ਡੇ ਨੇ ਬ੍ਰੈਡ ਪਕੌੜੇ ਬ੍ਰੈਡ ਵੀ ਤੇ ਨਾਲ ਪਕੌੜੇ ਵੀ ਜਿੱਦਾਂ ਰੇੜਦੀਆਂ ਸਾਈਕਲ ਨੇ ਚਾਰ ਦਿਨ ਨਹੀਂ ਕੱਢਣੇ ਵੇਖ ਲਈ ਉਹਨੂੰ ਧੂੰਦੇ ਆ ਉਹਨੇ ਚਲਾਉਣ ਦੀ ਬਜਾਏ ਸ਼ਾਬਾਸ਼ ਸ਼ਾਬਾ ਵੱਢ ਦਿਓ ਇਹ ਕੀਤਾ ਜੀ ਕਾਲੀ ਗੁੱਡੀ ਚੜ ਗਈ ਹੁਣ ਉਹ ਫੜ ਲਈ ਕਿਸੇ ਨੇ ਆਹ ਮੈਨੂੰ ਲਿਸ਼ਕਣੀ ਉਹ ਫੜ ਲਈ ਦੋਵੇਂ ਹਾਂ ਬਈ ਯਾਰ ਗਾਡਰ ਨਾ ਅੜਾਤੀ ਤੁਸੀਂ ਨਾ ਕੋਈ ਚਾਹੀਦਾ ਕੰਮ ਕਰਿਓ ਯਾਰ ਲੈ ਕਾਲਾ ਸੰਗਲ ਅੜ ਗਿਆ ਸੰਦੀਪ ਕਾਲਾ ਸੰਗਲ ਮਾੜਾ ਨਿਕਲਿਆ ਕਾਲਾ ਸੰਗਲ ਮੈਂ ਭਾਜੀ ਕਹਿੰਦੇ ਚੱਲ ਹੋਰ ਨੀ ਕੁਛ ਇਹਦੇ ਵਿੱਚ ਤੂੜੀ ਨਿਕਲੂ ਚੁੱਲ੍ਹੇ ਦੇ ਮਨ ਦੇ ਦੁਆਲੇ ਕੰਮ ਆਊ ਰਾਜਵੀਰ ਵਿਚਾਰਾ ਕਦੇ ਟੇਪਾਂ ਲਾਉਂਦਾ ਕਦੀ ਕੋ ਇਹ ਉਹ ਗੁੱਡੀ ਆ ਪਰ ਇਹ ਮੈਂ ਗੁੱਡੀਆਂ ਗਿਣ ਡਿਆ ਵਾ ਵੀ ਸਾਡੀਆਂ ਕਿੰਨੀਆਂ ਬੋ ਹੋਈਆਂ ਤੇ ਅਸੀਂ ਕਿੰਨੀਆਂ ਦੀਆਂ ਵੱਢੀਆਂ ਤੇ ਅਸੀਂ ਗੁੱਡੀਆਂ ਹਜੇ ਤੱਕ ਦੋ ਵੱਢ ਦਿੱਤੀਆਂ ਨੇ ਉਹ ਗੱਲ ਵੱਖਰੀ ਕੈਮਰੇ ਦੇ ਵਿੱਚ ਨਹੀਂ ਆਈਆਂ ਉਹ ਤੇ ਤਿੰਨ ਆਪਣੀਆਂ ਵਢਾ ਲਈਆਂ ਗੁੱਡੀਆਂ ਤਿੰਨ ਵਢਾ ਲਈਆਂ ਤੇ ਦੋ ਵੱਢੀਆਂ ਕਿ ਨਹੀਂ ਤੇ ਚੌਥੀ ਗੁੱਡੀ ਦਾ ਇਹਨਾਂ ਨੇ ਜਿਹੜਾ ਤੀਰ ਤੋੜਤਾ
ਹੋਣੀ 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 ਚਲੋ ਡਾਓ 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 ਤੁਸੀਂ ਤੁਸੀਂ ਇੱਦਾਂ ਦਿਹਾੜੀ ਨਿਕਾ ਦੇਣੀ ਹੈ ਹੈਂ ਇੰਨਾ ਇੱਦਾਂ ਦਿਹਾੜੀ ਦਾ ਅਜਬਾ ਨਿਕਾ ਦੇਣੀ ਹੈਂ ਲੈ ਲੱਗਾ ਕੰਨੀ ਦੇਣ ਚਲੋ ਚੱਲ ਸਿੱਧੂ ਮੂਸੇ ਵਾਲੇ ਰੁਕੋ ਯਾਰ ਇੱਕ ਮਿੰਟ ਰੁਕ ਤੇ ਯਾਰ ਮੇਰਾ ਵੀਰ ਯਾਰ ਮੈਨੂੰ ਮੈਨੂੰ ਪਹਿਲਾਂ ਵਲੌਗ 'ਚ ਤਾਂ ਵਿਖਾਉਂਦਾ ਕਰ ਸਿੱਧੂ ਮੂਸੇ ਵਾਲੇ ਵੀਰ ਨੂੰ ਚੱਲ ਵੀ ਸਿੱਧੂ ਮੂਸੇ ਵਾਲੇ ਵੀਰ ਚਲੋ ਸ਼ਾਬਾਸ਼ ਉੱਡ ਜਾ ਗੁੱਡੀ ਵੱਢਣੀ ਆ ਕਾਲਾ ਸੰਕਲ ਜਿਹੜਾ ਕੰਮ ਆਉਣਾ ਚਾਹੀਦਾ ਭਾਅ ਜੀ ਹੁਣ ਗੁੱਡੀ ਕੋਈ ਵੱਢਣੀ ਵੀ ਆ ਯਾਰ ਗਾਂ ਸਹੀ ਗੱਲ ਯਾਰ ਸੱਚੀ ਬੇਇੱਜ਼ਤੀ ਹੋਣੀ ਵਲੌਗ ਦੇ ਵਿੱਚ ਸਾਰੇ ਲੋਕਾਂ ਕਹਿਣਾ ਵੀ ਤੁਸੀਂ ਕਿਹੜੇ ਕਿਹੜੇ ਪਿੰਨੇ ਲਿਆਂਦੇ ਤੇ ਗੁੱਡੀ ਤੁਹਾਡੇ ਕੋਈ ਨਹੀਂ ਵੱਢੀ ਗਈ ਪਰ ਇੱਕ ਗੱਲ ਹੈਗੀ ਭਾਈ ਜਿਹਨੂੰ ਡੋਰ ਵੇਖਣ ਦਾ ਵੱਤਰ ਹੈ ਨਾ ਲੈਣ ਦਾ ਵੇਖਣ ਦਾ ਵੱਤਰ ਹੈ ਉਹਨੂੰ ਹੀ ਅਸੀਂ ਆਖਿਆ ਬਸ ਕਾਲਾ ਵਧੀਆ ਰੰਗ ਅਸੀਂ ਰੰਗ ਹੀ ਵੇਖੇ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ ਪਰ ਲਗਾ ਲਗਾ ਵੀਰ ਵੱਢਣਾ ਵਾਕਾ ਗੁੱਡੀ ਬੜੀ ਸੁਤਰੀ ਭਾਜੀ ਵੱਢਦੀ ਆ ਵੱਢਦੀ ਉਹ ਜੀ ਸ਼ਰਾ ਲੈ ਵੀ ਆਹ ਵੇਖ ਲਓ ਵੀਰ ਵੱਢਤੀ ਇੱਕ ਗੁੱਡੀ ਚੱਲ ਵੀ ਇੱਕ ਲਿਸ਼ਕਣੀ ਵੜਤੀ ਕਿੰਨੀਆਂ ਤਿੰਨ ਤਿੰਨ ਗੁੱਡੀਆਂ ਵੱਢੀਆਂ ਕਿ ਚਾਰ ਚਾਰ ਵੜਤੀਆਂ ਮੇਰੇ ਸੁਣਾ ਖਣੀ ਨਹੀਂ ਆਹੋ ਤਿੰਨ ਚਾਰ ਵਾਢੀ ਦਿੱਤੀਆਂ ਯਾਰ ਉਹ ਵੇਖ ਕਿੱਥੇ ਚੜੇ ਵੇਖਦੇ ਆ ਮੁੰਡਿਆ ਚੱਲ ਵੀ ਸਿੱਧੂ ਮੂਸੇ ਵਾਲੇ ਵੀਰ ਨੇ ਇੱਕ ਗੱਡਾ ਵੜਤਾ ਚਲੋ 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 ਜਾਣ ਦੋ ਕਿੱਦਾਂ ਬਣੀ ਕੋਈ ਗੱਲ ਆਪਣੀ ਕਿੱਧਰ ਗਈ ਆ ਲੈ ਆਪਣੀ ਟੁੱਟ ਗਈ ਆਪਣੀ ਟੁੱਟੀ ਗਈ ਆ ਤੇ ਆ ਵੇਖ ਲੋ ਲੈ ਆਪਣੀ ਗੁੱਡੀ ਹੇਠਾਂ ਹੀ ਡਿੱਗ ਪਈ ਠਾਣੇ ਕਿਤੇ ਡਿੱਗ ਡੁੱਗ ਪਈ ਆ ਚਲੋ ਦੋ ਵੜਤੇ ਮੂਸੇ ਵਾਲੇ ਵੀਰ ਨੇ ਮੁੱਲ ਮੋੜਤਾ ਯਾਰ ਹੈਂ ਖਿੱਚ ਵਾਲੀ ਲਓ ਜੀ ਇਹ ਵੀ ਪਤਾ ਲੱਗ ਗਿਆ ਹੁਣ ਇਹਨੂੰ ਲਵੇਟੀ ਨਾ ਰਾਜੂ ਇਹਨੇ ਖਿਲਰ ਜਾਣਾ ਕਿਉਂਕਿ ਤੈਅ ਥੱਲੜ ਦੇ ਮੈਨੂੰ ਲੱਗੀ ਹੁੰਦੀ ਨਾ ਮੂਸੇ ਵਾਲਾ ਵੀਰ ਵਿਚਾਰਾ ਅੜ ਗਿਆ ਸੀ ਕਿਤੇ ਨਾ ਕਿਤੇ ਆਵੇ ਇਹੋ ਇਹੋ ਡਾਈਏ ਜਰਾ ਆਵੇ ਸਹੀ ਆ ਇਹਨੂੰ ਬਸ ਇੱਥੇ ਲਾ ਮੜਾ ਤੇ ਤਲਾਂ ਪਾਈਏ ਨਹੀਂ ਨਹੀਂ ਭਾਅ ਜੀ ਆਹ ਗੁੱਡੀ ਠੀਕ ਆ ਤਲਾਂ ਟੁੱਟ ਗਈ ਨਾਲੇ ਤੇ ਆਹ ਟੇਪ ਲਾਓ ਭਾਅ ਜੀ ਆਹ ਪਿੰਨੇ ਪੁੰਨੇ ਨੀ ਕਾਮਯਾਬ ਹੈਗੇ ਉਹ ਗੱਟੂ ਜਿਹਨਾਂ ਰੱਖੇ ਉਹ ਮਾਰਦੇ ਝਟਕਾ ਕੇ ਪਰਾਂ ਗੁੱਡੀ ਅਸੀਂ ਤਰਲੇ ਲੈਣ ਡੇ ਵੀ ਚੱਲ ਅੜੀ ਇਸ ਤੋਂ ਬਣ ਜੇ ਵਲੌਗ ਦੇ ਵਿੱਚ ਚਾਰ ਵੱਡੀਆਂ ਨੇ ਤੇ ਐਵੇਂ ਆਖੀ ਚਾਰ ਗੁੱਡੀਆਂ ਵੱਡੀਆਂ ਨੇ ਤੇ ਅੱਠ ਕੁ ਵਢਾ ਲਈਆਂ ਮੇਰੇ ਹਿਸਾਬ ਨਾਲ ਹਨਾ ਚਾਰ ਤੇ ਵੱਡੀਆਂ ਉਦਾਂ ਅੱਠ ਵਢਾ ਲਈਆਂ ਹੋਰ ਟੋਪੀ ਨਵੀਂ ਹੈਂ ਤੇਰੇ ਵਾਸਤੇ ਲੋਹੜੀ ਪਹਿਲੀ ਹੈਂ ਤੇ ਤਾਂ ਵੀ ਕਾਹਦਾ ਰੋਣਾ ਆਉਂਦਾ ਹੂੰ ਹਰਗੁਣ ਇੱਦਾਂ ਕਰ ਦਿਓ ਹਰਗੁਣ ਇੱਧਰ ਵੇਖੋ ਅੱਧ ਜੀ ਲੋਹੜੀ ਹੋ ਗਈ ਸੱਚ ਹਾਂ ਉਦੋਂ ਬਿਲਕੁਲ ਛੋਟੀ ਜੀ ਹੈ ਨਾ ਉਦੋਂ ਉਦੋਂ ਹੈਗੀ ਅੱਠਾਂ ਨੌਵਾਂ ਦਿਨਾਂ ਦੀ ਆਈ ਨਾ ਨੌਵਾਂ ਕੁ ਦਿਨਾਂ ਦੀ ਆਹੋ ਆਹ ਇੰਨੇ ਛੇ ਤੇ ਛੇ ਚਾਰ ਦਸ ਸੱਤ ਅੱਠ ਦਿਨ ਦੀ ਨਹੀਂ ਨਹੀਂ ਆ ਗਏ ਸੀ ਆ ਗਏ ਚੌਵਾਂ ਦਿਨਾਂ ਬਾਅਦ ਛੁੱਟੀ ਮਿਲ ਗਈ ਸੀ ਕਿ ਉਹ ਅੱਖਾਂ ਕਰ ਲਈ ਕਿੱਦਾਂ ਢਾ ਪਕੌੜੇ ਆ ਗਏ ਚੱਕੋ ਖਾਓ ਗੋਭੀ ਵਾਲੇ ਬ੍ਰੈਡ ਐਤਕੀ ਇੰਨਾ ਮਜ਼ਾ ਨਹੀਂ ਵੈਸੇ ਆਇਆ ਵੀ ਕਿਉਂਕਿ ਹਵਾ ਹੀ ਨਹੀਂ ਚੰਗੀ ਤਰ੍ਹਾਂ ਚੱਲਣ ਦੀ ਚਾਹ ਪਾਣੀ ਪੀ ਲਿਆ ਪਕੌੜੇ ਪਕੌੜੇ ਖਾਧੇ ਆ ਕੀ ਆ
ਹੁਣ ਚੱਲੇ ਆ ਹੁਣ ਚੱਲੇ ਹਾਂ ਕਿਰਨ ਦੀਦੀ ਹੁਣ ਦੇ ਪਲਾਟ ਦੇ ਜਿੱਥੇ ਰਾਤੀ ਫਿਰ ਭੁੱਗਾ ਵਗੈਰਾ ਬਾਵਾਂਗੇ ਬਾਲਾਂਗੇ ਘੜੀ ਉੱਥੇ ਬੈਠਾਂਗੇ ਜਿਹੜੇ ਕੱਲ੍ਹ ਉੱਦਣ ਲਿਆਂਦੇ ਉਹ ਤੇ ਹਿੱਲੇ ਨੀ ਮਾਸਾ ਵੀ ਉਹ ਪੁਰਾਣੇ ਗੁੱਡੇ ਟੁੰਡੇ ਆ ਜੀ ਕੋਈ ਨੀ ਹੱਥ ਤੁਸੀਂ ਡਾਲੇ ਗੁੱਡੇ ਟਵਿੰਸ ਹੁੰਦਾ ਜੀ ਨਾ ਮੈਂ ਵੇਖਣ ਡਿਆ ਹੈਗਾ ਰੀਲਾਂ ਉਹ ਕਹਿੰਦਾ ਹਵਾ ਨੀ ਚੱਲੇ ਮੂਏ ਮੂਏ ਹੈਂ ਹਵਾ ਨੀ ਚੱਲਣ ਡਈ ਤੇ ਕਰਨਾ ਕੀ ਚਲੋ ਅਸੀਂ ਚੱਲ ਗਏ ਯਾਰ ਚਲੋ ਚੱਲੀ ਪੀ ਗੱਡੀ ਬਾਹਰ ਨਹੀਂ ਉਤਰਨਾ ਚਲੋ ਚਲੋ ਮੈਂ ਪੀ ਗੱਡੀ ਚਲਾਵਾਂ ਪੁੱਤ ਦੀ ਚਲੋ ਚਲੋ ਜੀ ਚਲੋ ਜੀ ਡਰੰ 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 ਹੁਣ ਚੱਲੇ ਹਾਂ ਪਲਾਟ ਦੇ ਵਿੱਚ ਰੈਡੀ ਸ਼ੈਡੀ ਹੋ ਗਏ ਹਾਂ ਅਤੇ ਦੀਦੀ ਹੁਣ ਦੀ ਗੱਡੀ ਆ ਉਹ ਜਾ ਰਹੀ ਅੱਗੇ ਠੀਕ ਸੋਚਿਆ ਸੀ ਪਲਾਟ ਦੇ ਵਿੱਚ ਗੁੱਡੀਆਂ ਕਾਫੀ ਉੱਡਦੀਆਂ ਹੋਣਗੀਆਂ ਇੱਥੇ ਬਹੁਤ ਜ਼ਿਆਦਾ ਗੁੱਡੀ ਵਾਕਿਆ ਉੱਡਣ ਡਈ ਵੇਖੋ ਸਹੀ ਭਰਿਆ ਆਸਮਾਨ ਚਾਰੇ ਬੰਨੇ ਦੇਖੋ ਭਰਿਆ ਆਸਮਾਨ ਗੁੱਡੀਆਂ ਨਾਲ ਮੈਂ ਹਾਂ ਕਿੱਥੇ ਉਹ ਐਡੀ ਦੂਰ ਇੰਨੇ ਉਦੋਂ ਨੂੰ ਸਾਡਾ ਪਿੰਨਾ ਮੁੱਕ ਜਾਣਾ ਹੈ ਨਹੀਂ ਗੁੱਡੀ ਨਹੀਂ ਉੱਡੀ ਤੇ ਮੈਂ ਟੈਨਸ਼ਨ ਲੈਣ ਲੱਗ ਪਿਆ ਮੈਂ ਹਾਂ ਪਤਾ ਨਹੀਂ ਕਿੱਥੇ ਰੁਕ ਗਏ ਆ ਯਾਰ ਕਿਸੇ ਨਹੀਂ ਪਾਲਣ ਉੱਥੇ ਨਹੀਂ ਤੇ ਦੋ ਚਾਰ ਛਮਕਾਂ ਛਮਕਾਂ ਜੀ ਆਹ ਵੀ ਸੱਚ ਆਹ ਲੈ ਬਣ ਕੇ ਰੁਕ ਜਾਓ ਕਿਰਨ ਇੱਥੇ ਤਾਂ ਕੋਈ ਗੁੱਡਾ ਉੱਡਣ ਨਹੀਂ ਡਿਆ ਤੇ ਕਿੱਥੇ ਡਾਉਣੇ ਪੇਚੇ ਕੰਧਾਂ ਹੁਣ ਕੰਧਾਂ ਉਹ ਤਿੰਨ ਉੱਡਣ ਰਹੀ ਹੁਣ ਬਾਲਣ ਵੀ ਨਹੀਂ ਮਿਲਿਆ ਆਰੇ ਤਾਂ ਗਏ ਸੀ ਬਾਲਣ ਲੈਣ ਉੱਥੇ ਵੀ ਨਹੀਂ ਮਿਲਿਆ ਹੁਣ ਆਹ ਤੂੰ ਤਾਂ ਮੋਛਾ ਜਿਹਾ ਕੀ ਆ ਮਾਸਾ ਜਿਹੀ ਸਲਤ ਜੀ ਫੜੀ ਜਾਵੇ ਇਹਨੂੰ ਹੁਣ ਆਰੀ ਨੇ ਵੱਢ ਵੁੱਢ ਦੇਵਾਂਗੇ ਓਏ ਓਏ ਪਾਰੀ ਪਾਰੀ ਖੁੱਲ੍ਹੀ ਹੋਵੇ ਪਿੰਨੇ ਮੈਂ ਸਾਡੇ ਇੱਦਾਂ ਰਹਿ ਜਾਣੇ ਬਸ ਸਬੂਤੇ ਹੀ ਬਸ ਆਹੀ ਆ ਕੀ ਆ ਕੀ ਆ ਗੁੱਡੀ ਕੋਈ ਨਹੀਂ ਉੱਡਣ ਡੀ ਹਨਾ ਮਜ਼ਾ ਹੀ ਨਹੀਂ ਆਇਆ ਹਨਾ ਐਰਕਾਂ ਤਰ ਹਾਂ ਸਹੀ ਗੱਲ ਆ ਹੋਰ ਕੀ ਆ ਮੈਂ ਕਹਿੰਦਾ ਇੱਦਾਂ ਕਰੀਏ ਦੋ ਚੁੱਲ੍ਹੇ ਬਣਾ ਲੈਂਦੇ ਹਾਂ ਇਹਨਾਂ ਦੀ ਤੂੜੀ ਕੱਢ ਕੇ ਹੈ ਡੈਡੀ ਡੈਡੀ ਨੇ ਕੋਟ ਨਾਲ ਪਜਾਮਾ ਡੈਡੀ ਮੈਨੇ ਮੈਂ ਕੋਟ ਦੇ ਨਾਲ ਪਜਾਮਾ ਪਾਇਆ ਵੇਲ ਸਾਇਕਲ ਅੱਗ ਬਾਲ ਦਿੱਤੀ ਭੁੱਗਾ ਬਾਲਤਾ ਕਿਰਨ ਦੀਦੀ ਹੋਣਾ ਦੇ ਨਵੇਂ ਘਰ ਧਿਆਨ ਨਾ ਸਾਈਕਲ ਦੇ ਉਹ ਕੱਠ ਜੀ ਡਿੱਗ ਪੈਣ ਲੱਗੀ ਖੁੱਲ ਗਈ ਉਹ ਭਾਜੀ ਇਕੱਲੇ ਡੇ ਗੁੱਡੀਆਂ ਡਾਉਣਾ ਹੋਵੇ ਉਹ ਡਾਕ ਬਹਿ ਕੇ ਮੁੱਚੀ ਜੀ ਇੱਕ ਡਾਈ ਆ ਭਾਜੀ ਨੇ ਡਾਈ ਕਿੰਨੇ ਉਹ ਭਾਜੀ ਕਿੰਨੇ ਡਾਈ ਉਹ ਜਿਹੜੀ ਆ ਲੈ ਫਿਰ ਲੰਮੇ ਪੇਚੇ ਕੇ ਲੈ ਬਣ ਗਈ ਗੱਲ ਇਹ ਕੀ ਆਉਂਦੀ ਆ ਸਤਾਉਣ ਡੀ ਚੱਲ ਆ ਇੱਧਰ ਮੇਰੇ ਕੋਲ ਲੈ ਵੀ ਇਹਨਾਂ ਦੇ ਕਰ ਰਹੇ ਆ ਸਗਨ ਵਿਹਾਰ ਜਿਹੜੇ ਹੁੰਦੇ ਆ ਸੱਤ ਵਾਰੀ ਕਰਨਾ ਹੀ ਦੋ
ਚਲ ਗੁੱਡੇ ਇੱਦਾਂ ਹੀ ਆਏ ਤੇ ਇੱਦਾਂ ਹੀ ਚੱਲੇ ਆ ਸਾਲ ਵਾਲਾ ਕੋਈ ਨਹੀਂ ਹਾਲ ਯਾਰ ਕੀ ਹੋਇਆ ਵਾ ਉਹ ਇਹਨੂੰ ਪਹਿਲਾਂ ਲਾਉਣਾ ਸੀ ਨਾ ਘਰ ਆਏ ਸੀਗੇ ਅਤੇ ਖੀਰ ਜਿਹੜੀ ਆ ਰੋਹ ਵਾਲੀ ਮੰਮੀ ਨੇ ਬਣਾਈ ਸੀਗੀ ਅਤੇ ਉਹ ਨਾਲ ਲੈ ਜਾਵਾਂਗੇ ਕਿਰਨ ਦੀਦੀ ਵੱਲ ਚੱਲੇ ਹਾਂ ਸੁਨੇਮ ਕਹਿੰਦੀ ਪਾਣੀ ਪੀਣਾ ਬੋਤਲ ਆਪਾਂ ਲੈ ਲਈਏ ਨਾਲ ਅਤੇ ਹਰਗੁਣ ਸੌਂ ਗਈ ਆ ਹੁਣ ਠੰਡ ਲੱਗਣ ਦੀ ਚਲੋ ਹੋਰ ਤਾਂ ਨਹੀਂ ਕੋਈ ਚੀਜ਼ ਖੜਨੀ ਹੈ ਚਲੋ ਕਿਰਨ ਦੀਦੀ ਹੁਣਾਂ ਵੱਲ ਜਾ ਰਹੇ ਹਾਂ ਉਹਨਾਂ ਦੀ ਗੱਡੀ ਉਹ ਅੱਗੇ ਅੱਗੇ ਜਾ ਰਹੀ ਆ ਕਹਿੰਦੀ ਸਾਡੇ ਵੱਲ ਵੀ ਚੱਲੋ ਮਹਾਂ ਚਲੋ ਚੱਲ ਜਾਂਦੇ ਹਾਂ ਅਸੀਂ ਵੀ ਘਰੇ ਕੀ ਕਰਨਾ ਬੋਰ ਹੋਣਦੇ ਕਿਉਂਕਿ ਲੋਹੜੀ ਤਾਂ ਐਸੀ ਵੈਸੀ ਲੰਘੀ ਅੱਜ ਯਾਰ ਇੰਨਾ ਵਧੀਆ ਨਹੀਂ ਤਾਂ ਤਾਂ ਹੀ ਹੋਗਾ ਹਵਾ ਹੀ ਨਹੀਂ ਲੱਗੀ ਬੁਰੇ ਹਾਲ ਯਾਰ ਗੁੱਡਾ ਹੀ ਨਹੀਂ ਕੋਈ ਡਾਇਡ ਹੋਇਆ ਐਵੇਂ ਉੱਦਾਂ ਹੀ ਬੱਝੇ ਰਹਿ ਕੇ ਬੰਡਲ ਤੇ ਬੰਡਲ ਹੀ ਗੁੱਡੀ ਨਾਲ ਲੋਹੜੀ ਤੇਰੇ ਮੀਂਹ ਬੜਾ ਪੈ ਗਿਆ ਜਦੋਂ ਰੁੰਦਾ ਹੀ ਆਹੋ ਲੋਹੜੀ ਤੇ ਮੀਂਹ ਬੜਾ ਪੈ ਗਿਆ ਜੀ ਜਿਵੇਂ ਬਰਾਂਡੇ 'ਚ ਅੱਗ ਬਾਲ ਕੇ ਸਾਗ ਵੀ ਬਣਾਇਆ ਤੇ ਫਿਰ ਮੈਂ ਚੱਲ ਅਗਲੇ ਦਿਨ ਬੜੀ ਧੁੱਪ ਲੱਗੀ ਮੁੜ ਕੇ ਫਿਰ ਵਾਧੂ ਚ ਆਪਣਾ ਗੁੱਡੀ ਉੱਡੀ ਸੀਗੀ ਅੱਧ ਹੋ ਗਈ ਅੱਗ ਬਾਲੀ ਲਓ ਜੀ ਹੁਣ ਆਪਾਂ ਚਲੋ ਤੇਰੀ ਖਲੋਤੀ ਕਿੰਨਾ ਚਿਰ ਹੋ ਗਿਆ ਖਲੋਤੀ ਹਰਗੁਣ ਉਹ ਵਾਹ ਜੀ ਵਾਹ ਲੈ ਲਾਈਵ ਵੇਖ ਲਿਆ ਤੀ ਅੱਜ ਮੇਰਾ ਪੁੱਤ ਖਲੋਣ ਲੱਗ ਪਿਆ ਸੀ ਮੇਰਾ ਰਾਜਾ ਖਲੋਣ ਲੱਗ ਪਿਆ ਸੀ ਮੇਰੇ ਸੋਹਣਾ ਖਲੋ ਖਲੋ ਫਿਰ ਖਲੋ ਮੇਰੀ ਧੀ ਖਲੋ ਖਲਾਰ ਦੇ ਮਾੜਾ ਮਾੜਾ ਖਲਾਨੀ ਖਲੋ ਜਾ ਖਲੋ ਜਾ ਸਿੱਧੀ ਕਰ ਦੇਣਾ ਮਾੜੀ ਚੱਲ ਲੱਕ ਸਿੱਧੀ ਕਰ ਦੇ ਮਰਜ਼ੀ ਨੇ ਖਲੋਂਦੀ ਬਸ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਮਾਂ ਨੇ ਆਸਰਾ ਭਾਲਤਾ ਖਲੋ ਹੁਣ ਲੱਗੀ ਲੱਗੀ ਨਹੀਂ ਖਲੋ ਜਾਣਾ ਉਹਨੇ ਖਲੋ ਜਾਣਾ ਛੱਡਦੇ 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 ਡਿੱਗ ਪੈਂਦੀ ਬਾਬਾ ਚਿਰ ਖਲੋਤੀ ਸੀ ਹਨਾ ਲੈ ਵੀ ਠੰਡ ਬੜੀ ਮਿੱਤਰੋ ਸਵਾਟਰ ਪਾ ਲਿਆ ਏ ਅਤੇ ਟੋਪੀ ਚੇਂਜ ਕਰ ਲਓ ਮੈਨੂੰ ਵੀ ਬੜੇ ਕਮੈਂਟ ਆਉਂਦੇ ਵੀ ਹਰਗੁੰਦੀ ਬਦਲਾਓ ਹਰਗੁੰਦੀ ਅੱਜ ਵੇਲੇ ਅਣਵਾ ਕੇ ਲੈਂਦੀ ਸਪੈਸ਼ਲ ਅਣਵਾ ਕੇ ਲੈਂਦੀ ਸਪੈਸ਼ਲ ਝਾਂਜਰ ਪੌਂਡੇ ਝਾਂਜ ਪੁੰਨ ਲੱਗੂਗਾ ਨਹੀਂ ਠੀਕ ਹੈ ਬਸ ਘੁੱਟ ਦਿਉ ਉਹਨੂੰ ਨੱਪ ਦਿਉ ਨੱਪ ਦਿਉ ਉਹ ਨਹੀਂ ਖਿੱਚਿਆ ਨਹੀਂ ਸਭ ਵਧੀਆ ਫਸਟ ਕਲਾਸ ਬਸ ਓਕੇ ਹੋ ਗਿਆ ਕੰਮ ਹੁਣ ਚੱਲੇ ਹਾਂ ਬਾਹਰੋਂ ਰੋਟੀ ਖਾਣ ਵਾਸਤੇ ਕਿਤੇ ਹੋਟਲ ਹਾਟਲ ਦੇਖਦੇ ਹਾਂ ਕੋਈ ਚੰਗਾ ਜਿਹਾ ਰੈਸਟੋਰੈਂਟ ਕਹਿੰਦੇ ਹੁੰਦੇ ਹਾਂ ਰੈਸਟੋਰੈਂਟ ਦੇਖਦੇ ਹਾਂ ਕੋਈ ਹਾਂ ਪੈਲਸ ਉਹ ਹੀ ਹੈ ਨਾ ਜਿੱਥੇ ਗਾਣੇ ਦੀ ਸ਼ੂਟਿੰਗ ਹੋਈ ਹੈ ਨਾ ਡੈਡੀ ਹੈ ਨਾ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਵਧੀਆ ਵੈਸੇ ਢਾਬੇ 'ਤੇ ਚੱਲੇ ਸੀਗੇ ਰੋਟੀ ਖਾਣ ਵਾਸਤੇ ਰੈਸਟੋਰੈਂਟ ਦੇ ਵਿੱਚ ਭਾਅ ਜੀ ਕਹਿੰਦੇ ਨਹੀਂ ਖਾਣੀ ਵੀ ਅਤੇ ਧੁੰਦ ਹੈਗੀ ਹੈ ਤਾਂ ਬਾਈਪਾਸ ਇੰਨੀ ਨਹੀਂ ਹੈਗੀ ਵੈਸੇ ਤਾਂ ਹੈਗੀ ਉਹ ਗੱਡੀਆਂ ਵੇਲੇ ਲੱਭੀ ਜਾਂਦੀਆਂ ਉਹ ਕਾਫੀ ਦੂਰ ਅੱਗੇ ਚਲੀ ਗਈ ਆ ਅੱਧਾ ਕਿਲੋਮੀਟਰ ਅੱਗੇ ਚਲ ਗਈ ਹੈ ਪਰ ਠੀਕ ਹੀ ਆ ਵਿੱਚ ਵਿੱਚ ਯਕਦਮ ਆਉਂਦੀ ਆ ਸੰਦੀਪ ਬੜੇ ਚਿਰ ਦੀ ਕਹਿੰਦੇ ਢਾਬੇ 'ਤੇ ਰੋਟੀ ਖਾਣ ਜਾਣਾ ਆ ਅਤੇ ਅੱਜ ਇਹਨੂੰ ਲੈ ਆਏ ਆ ਫਸਟ ਕਲਾਸ
ਅਤੇ ਹੁਣ ਸਬਜ਼ੀਆਂ ਤਾਂ ਵੈਸੇ ਇਹ ਵੀ ਇੰਨਾ ਸ਼ੁਕਰ ਆ ਵੀ ਖੁੱਲ੍ਹਾ ਆ, ਹੋਰ ਗੱਲਾਂ ਦੀਆਂ ਗੱਲਾਂ ਵੀ ਰਾਤ ਦੇ ਵਿੱਚ ਹੋਰ ਦੇਖੇ, ਬਾਕੀ ਬੰਦ ਹੋ ਗਏ ਟਾਈਮ ਦੇ ਨਾਲ ਹੀ, ਅਤੇ ਡੈਡੀ ਜੀ ਹੋਣਾਂ ਦੀ ਤਾਂ ਠੰਡ ਬਹੁਤ ਲੱਗਣ ਦੀ, ਉੱਤੋਂ ਪਾਣੀ ਪੀ ਲਿਆ ਠੰਡਾ, ਕੁਰਸੀ ਡੈਡੀ ਆਹੋ ਕੁਰਸੀ ਗਾਹ ਕਰ ਲਾ। ਮੈਂ ਵੀ ਆਪਣਾ ਪਰਿਵਾਰ ਡਿਆ ਖਾਂ ਰੋਟੀ, ਅਤੇ ਮੈਂ ਲੱਗ ਵੀ ਵਿਚਾਰਾ ਇਕੱਲਾ ਡਿਆ ਵਾ, ਅਤੇ ਉਹਦੇ ਨਾਲ ਹੈਲਪ ਕਰਾਉਣ ਡਿਆ, ਹੋਰ ਕੀ ਮੈਂ 2 ਮਿੰਟ ਰੋਕ ਕੇ ਖਾ ਲੈਣਾ, ਫੁਲਕੇ ਬਣ ਡੇ ਆ। ਲੈ ਵੀ ਹਰਗੁਣ ਰੋਟੀ ਦਾ ਆਪਾਂ ਖਾ ਲਈ ਆ, ਅਤੇ ਹਰਗੁਣ ਸੁੱਤੀ ਰਹੀ, ਇਹਨੂੰ ਪਤਾ ਨਹੀਂ ਲੱਗਾ ਹਰਗੁਣ ਸੁੱਤੀ ਰਹੀ। ਚਲੋ ਜਾਓ ਦਾਦੂ ਕੋਲ ਜਾਓ, ਫੋਨ ਕਰ ਲਓ ਆ ਜਾਓ। ਚਲੋ ਜੀ ਹੁਣ ਚੱਲ ਗਏ ਘਰੇ, ਮਿੱਠਾਈ ਮੇਰਾ ਮਿੱਠੂ ਬੰਦ ਹੋ ਗਏ ਸੀਗੇ, ਤਾਂ ਕਰਕੇ ਰੈਸਟੋਰੈਂਟ ਚ ਗਏ ਨੀ। ਭਾਜੀ ਕਹਿੰਦੇ ਨਹੀਂ ਅੱਜ ਕਿਤੇ ਹੋਰ ਜਾਂਦੇ ਢਾਬੇ ਤੇ ਰੋਟੀ ਖਾਂਦੇ। ਮੈਂ ਚਲੋ ਠੀਕ ਆ, ਮੈਂ ਤਾਂ ਘਰੋਂ ਆਖਿਆ ਵੈਸੇ ਰੈਸਟੋਰੈਂਟ ਚ ਜਾਂਦੇ ਆ, ਕਿਉਂਕਿ ਭਾਜੀ ਹੋਣਾ ਦੇ ਰੋਡ ਵੱਲ ਬਹੁਤ ਵਧੀਆ ਗਏ। ਹੁਣ ਦੀਦੀ ਜੀ ਹੋਣਾ ਨੂੰ ਕਹਿੰਦੇ, ਦੀਦੀ ਹੋਣਾ ਨੂੰ ਇਹਨਾਂ ਦੇ ਘਰੇ ਉਤਾਰ ਦਾਂਗੇ, ਫਿਰ ਅਸੀਂ ਜਾਵਾਂਗੇ ਆਪਣੇ ਘਰੇ, ਅਤੇ ਟਾਈਮ ਵੀ ਸੁੱਖ ਨਾਲ 11 ਵੱਜ ਗਏ ਨੇ, ਮੈਨੂੰ ਮੈਂ ਲੈ ਵੀ 11:30-12 ਵਜੇ ਤੱਕ ਪਹੁੰਚ ਜਾਵਾਂਗੇ ਆਪਣੇ ਘਰੇ ਵੀ। ਅਸੀਂ ਹੁਣ ਕਿਰਨ ਦੀਦੀ ਹੋਣਾ ਦੇ ਘਰੇ ਜਾ ਰਹੇ ਹਾਂ, ਪਹਿਲਾਂ ਦੂਜੀ ਬੋਤਲ ਨਾਲ ਲੈ ਆਓ, ਹਾਵੀ ਲੈ ਆਓ, ਵਿੱਚ ਪਾ ਲਾਂਗੇ ਨਾ, ਬਹਿਣਾ। ਨਹੀਂ ਨਹੀਂ ਉਹ ਖੀਰ ਨਹੀਂ ਕਹਿੰਦੇ ਖਾਣੀ, ਖੀਰ ਖਾ ਲਊਗਾ ਫਿਰ ਚੱਲ ਗਏ। ਹੁਣ ਚੱਲੇ ਆਪਾਂ ਵਾਪਸੀ ਘਰੇ, ਬਹੁਤ ਇੰਜੋਏ ਕੀਤਾ, ਕਿਉਂ ਰਿੰਗ ਲਾਈਟ ਵੀ ਦਿਖਾਉਂਦੇ ਸਾਨੂੰ ਵਾਰ ਵਾਰ। ਉਤਰ ਕੇ ਡੈਡੀ ਉਹਨਾਂ ਦੀ ਗੱਲ ਤੇ ਸੁਣਦਾ ਵਿਚਾਰਿਆਂ ਦੀ, ਦੋਵਾਂ ਜੀਆਂ ਦੇ ਉਤਰ ਕੇ ਸਾਢੇ 11 ਆ ਹੀ ਗਏ ਹਾਂ ਘਰੇ। ਅੱਜ ਪੱਗ ਵੈਸੇ ਸੋਹਣੀ ਵੱਜੀ, ਪਰ ਰੀਲ ਵਗੈਰਾ ਕੋਈ ਵੀ ਨਹੀਂ ਬਣਾਈ ਹੋਈ ਆਪਾਂ, ਅਤੇ ਬਸ ਵਲੋਗਿੰਗ ਚੱਲਦੀ ਰਹੀ ਬਸ ਅੱਜ ਦੀ। ਕਿਰਨ ਦੀਦੀ ਹੋਣਾਂ ਦੀ ਬਣਾਈ ਆ, ਇੱਕ ਰੀਲ ਬਣਾਈ, ਬਾਕੀ ਕਿਰਨ ਦੀਦੀ ਹੋਣਾਂ ਦੀਆਂ ਬਣਾਈਆਂ ਇੱਕ ਦੋ ਬਸ, ਆਪਣੀ ਬਣਾਈ ਨਹੀਂ। ਸੋ ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ, ਲਾਈਕ ਕਮੈਂਟ ਸ਼ੇਅਰ, ਅਤੇ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।